ਸਮਾਣਾ ਸਿਟੀ ਪੁਲਿਸ ਵੱਲੋਂ ਇੱਕ ਲੜਕੀ ਸਿੰਪੀ ਜਿਹਦੀ ਡੈੱਡ ਬੋਡੀ ਕੱਲ੍ਹ ਬਾਗੜ ਨਹਿਰ ਤੋਂ ਬਰਾਮਦ ਹੋਈ ਸੀ, ਉਸਦੇ ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਸਹੁਰਾ ਪਰਿਵਾਰ 'ਤੇ। ਸਹੁਰਾ ਪਰਿਵਾਰ ਦੇ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ, ਗ੍ਰਿਫਤਾਰ ਵੀ ਕਰ ਲਿਆ, ਕੋਰਟ ਅਦਾਲਤ 'ਚ ਪੇਸ਼ ਕਰ ਰਹੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਦੋਸ਼ ਲਾਏ ਹੈ। ਹਾਂਜੀ, ਜਿਹੜੇ ਦੋਸ਼ ਲਾਏ ਹੈ ਤੁਹਾਡੇ ਸਸੁਰਾਲ ਵਾਲੇ ਸਹੁਰਾ ਪਰਿਵਾਰ ਵੱਲੋਂ, ਹਾਂਜੀ, ਵੀ ਤੰਗ ਪਰੇਸ਼ਾਨ ਕਰਦੇ ਸੀ, ਮਾਰਦੇ ਕੁੱਟਦੇ ਸੀ, ਤੁਹਾਡਾ ਇਸ 'ਤੇ ਕੀ ਕਹਿਣਾ? ਸਰ ਬਿਲਕੁਲ ਝੂਠੇ ਦੋਸ਼ ਲਾਏ ਨੇ ਮੇਰੇ 'ਤੇ, ਔਰ 10 ਸਾਲ ਸਾਡੀ ਮੈਰਿਜ ਨੂੰ ਹੋ ਗਈ, 10 ਵਾਰ ਸਾਡੇ ਸਮਝੌਤੇ ਹੋ ਚੁੱਕੇ, ਅਸੀਂ ਅਲੱਗ ਸੈਪਰੇਟ ਤੋਂ ਰਹਿ ਰਹੇ ਸੀਗੇ, ਇਹਨਾਂ ਦੀ ਪਰਿਵਾਰ ਦੀ ਇੰਟਰਫੇਅਰ ਰਹੀ ਹੈ, ਹੋਰ ਮੈਨੂੰ ਮਰਨ ਮਰਾਉਣ ਦੀਆਂ ਧਮਕੀਆਂ ਦਿੰਦੀ ਰਹੀ ਹੈ, ਮੈਨੂੰ ਵਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸਰ 100%। ਕਿੰਨੇ ਟਾਈਮ ਤੋਂ ਪਿੱਕੇ ਆਈ ਸੀ ਆਪਣੇ ਘਰ? ਇਹ ਸਰ 5 ਮਹੀਨੇ ਹੋ ਗਏ। 5 ਮਹੀਨੇ? ਹਾਂਜੀ ਸਰ। ਆਪ ਲੈ ਕੇ ਆਏ ਸੀ ਕਿ ਆਪਣੀ ਮਰਜ਼ੀ? ਨਹੀਂ, ਆਪਣੀ ਮਰਜ਼ੀ 'ਤੇ ਆਈ, ਆਪਣੇ ਬ੍ਰਦਰ ਦੇ ਕਹਿਣ 'ਤੇ ਆਈ ਹੈ ਸਰ। ਮੈਂ ਗਵਰਨਮੈਂਟ ਇੰਪਲਾਈਜ਼ ਰਿਹਾ, ਬੜਾ ਸਾਫ ਸੁਥਰੀ, 42 ਸਾਲ ਮੈਂ ਜੋਬ ਕੀਤੀ ਹੈ, ਕੋਰਟ ਮਾਨਯੋਗ, ਹਾਈ ਕੋਰਟ, ਸੁਪਰੀਮ ਕੋਰਟ ਸਰ, 10 ਸਾਲ ਮੈਰਿਜ ਨੂੰ ਹੋਏ ਨੇ। ਸਾਨੂੰ ਉਹ ਕੁੜੀ ਨੇ ਇੰਨਾ ਤੜਫਾਤਾ ਸੀ, ਪਤਾ ਨਹੀਂ ਡਿਪਰੈਸ਼ਨ ਰਹਿੰਦੀ ਸੀ, ਉਹਨੇ ਮਾਂ ਬਾਪ ਨੇ ਸਾਡੇ ਕੋਲ ਲੁਕੋਇਆ ਵੀ ਸਾਡੀ ਕੁੜੀ ਦੱਸਿਆ ਕੁਛ ਨਹੀਂ, ਰਾਤ ਦਿਨ ਉਹਦਾ ਕਲੇਸ਼ ਰਹਿੰਦਾ ਸੀ। ਕਲੇਸ਼ ਤੋਂ ਬਾਅਦ ਅਸੀਂ ਪੁੱਛਿਆ ਫਿਰ ਅਸੀਂ ਸਰ, ਪਤਾ ਨਹੀਂ ਉਹਦਾ ਦਿਮਾਗੀ ਅਪਸੈਟ ਸੀ ਜਾਂ ਰਾਤ ਦਿਨ ਉਹਦੇ ਜਿਹੜੇ ਇੰਟਰਫੇਰੈਂਸ ਨੇ ਮਾਂ ਬਾਪ ਦਾ ਸੀ, ਉਹ ਜਦੋਂ ਸਾਨੂੰ ਧਮਕੀਆਂ ਦਿੰਦੇ ਸੀ ਅਸੀਂ ਇੰਨਾ ਡਰ ਜਾਂਦੇ ਸੀ, ਅਸੀਂ ਬੇਵੱਸ ਹੋ ਕੇ ਮਾਨਯੋਗ ਕੋਰਟ ਦਾ ਦਰਵਾਜ਼ਾ ਖੜਕਾਇਆ। ਇੱਕ ਕਿਆ ਕਹਿੰਦੇ ਤੁਹਾਡੇ ਪਰਿਵਾਰ? ਮੇਰੀ ਬੇਨਤੀ ਸੁਣੋ, ਕੋਰਟ ਦੇ ਵਿੱਚ ਅਸੀਂ ਦਰਵਾਜ਼ਾ ਖੜਕਾਇਆ ਆਪਣੀ ਸੇਫਟੀ ਖਾਤਰ, ਵੀ ਕੱਲ੍ਹ ਨੂੰ ਇਹ ਮਰ ਗਏ ਸਾਡਾ ਤਾਂ ਪਰਿਵਾਰ ਰੁਲ ਜਾਏਗਾ। ਸੈਕਿੰਡ, ਇਹਦਾ ਡਾਈਵੋਰਸ ਦਾ ਵੀ ਅਸੀਂ ਕੋਰਸ ਪਾਇਆ। ਹੁਣ 5 ਮਹੀਨੇ ਹੋ ਗਏ ਇਹ ਗੋਲਡ ਚੱਕ ਕੇ, ਸੋਨਾ ਚੱਕ ਕੇ, ਔਰ ਪੈਸੇ ਚੱਕ ਕੇ, ਆਪਣੇ ਕੱਪੜੇ ਚੱਕ ਕੇ, ਪੜ੍ਹਾਈ ਦੇ ਸਰਟੀਫਿਕੇਟ ਚੱਕ ਕੇ ਆਪਣੇ ਪੇਕੇ 5 ਮਹੀਨੇ ਤੋਂ ਬੈਠੀ ਹੈ ਜੀ। ਮਾਨਯੋਗ ਕੋਰਟ ਦੇ ਆਰਡਰ ਵੀ ਹੋਏ ਨੇ ਵੀ ਉੱਥੇ ਜਦ ਤੱਕ ਅਗਲੇ ਹੁਕਮ ਨਹੀਂ ਆਉਂਦੇ ਆ ਨਹੀਂ ਸਕਦੀ। 5 ਮਹੀਨੇ ਹੋ ਗਏ ਜੀ, ਹੁਣ 5 ਮਹੀਨੇ ਜਿਹੜੇ ਵਾਕਾ ਹੋਇਆ ਸਰ, ਇਹ ਜ਼ਿੰਮੇਵਾਰ ਨੇ, ਇਹਨਾਂ ਨੇ ਕੋਈ ਕੀ ਕੀਤਾ ਕੀ ਨਹੀਂ ਕੀਤਾ ਭਗਵਾਨ ਜਾਣਦੇ, ਜਦ ਇਹਨਾਂ ਦੀ ਕਸਟਡੀ 'ਚ ਹੈ ਜ਼ਿੰਮੇਵਾਰ ਨੇ। ਅੱਛਾ, ਇੱਕ ਗੱਲ ਹੋਰ ਸਰ, ਡਿਫਾਲਟਰ ਪੀਸ ਨੇ ਇਹਨਾਂ ਦੀ, ਇਹਦਾ ਵੱਡਾ ਜਮਾਈ ਹੈ, ਉਹਨਾਂ ਨਾਲ ਵੀ ਇਹੀ ਹਾਲ ਹੋਇਆ ਜੀ, ਉਹਨਾਂ ਨੂੰ ਬਲਾਕੂ ਪੁੱਛ ਸਕਦੇ ਹੋ। ਇਹਦੇ ਮੁੰਡੇ ਦਾ ਵੀ ਡਾਈਵੋਰਸ ਦਾ ਕੋਰਸ ਹੋਇਆ, ਮੈਂ ਜਿਹੜੇ ਮਾਨਯੋਗ ਕੋਰਟ ਦੇ ਵਿੱਚ ਮੇਰਾ ਕੇਸ ਚੱਲ ਰਿਹਾ ਉਹਦੇ ਨਾਲ ਮੈਂ ਕਾਗਜ਼ ਲਏ ਨੇ। ਸਾਨੂੰ ਤਾਂ ਸਰ ਵੈਸੇ ਫਸਾਇਆ ਜਾ ਰਿਹਾ, ਇਹ ਵਾਰ ਵਾਰ ਕਹਿੰਦੇ ਸੀ ਵੀ ਕੁੜੀ ਵਾਲਿਆਂ ਦੀ ਸਾਡੀ ਸੁਣਵਾਈ ਹੈ, ਸਾਡੀ ਸੁਣਵਾਈ ਹੈ ਸਰ, ਉਹ ਮਾਲਿਕ ਜਾਣਦਾ। ਇਹ ਸਰ ਕੱਲ੍ਹ ਸਾਨੂੰ ਜਿਹੜੀ ਲੜਕੀ ਸਿੰਪੀ ਰਾਣੀ ਦੀ ਡੈੱਡ ਬੋਡੀ ਮਿਲੀ ਸੀ ਭਾਗੜਾ ਨਹਿਰ ਤੋਂ, ਉਸ ਸੰਬੰਧੀ ਮੁਕੱਦਮਾ ਦਰਜ ਕੀਤਾ ਗਿਆ ਸੀ ਜੀ, ਅਤੇ ਅੱਜ ਉਹਦਾ ਪੋਸਟਮਾਰਟਮ ਕਰਾ ਕੇ ਲਾਸ਼ ਜਿਹੜੀ ਵਾਰਸਾਂ ਦੇ ਹਵਾਲੇ ਕੀਤੀ ਗਈ ਆ, ਅਤੇ ਇਹਦੇ ਜਿਹੜਾ ਇਹ ਇਹਨਾਂ ਦੇ ਪਿਤਾ ਭੀਮ ਸੈਨ ਦੇ ਬਿਆਨ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਕਿਸ ਧਾਰਾ ਦੇ ਤਹਿਤ? ਇਹ ਧਾਰਾ 300 CIPC ਦੀ ਆ। ਇਹਦੇ ਵਿੱਚ ਸਰ 3 ਬੰਦੇ ਸੀ, ਇੱਕ ਇਹਦਾ ਪਤੀ ਸੀ ਸੁਮਿਤ ਕੁਮਾਰ, ਅਤੇ ਇੱਕ ਸੁਭਾਸ਼ ਚੰਦਰ ਦਾ ਸਹੁਰਾ ਸੀ, ਅਤੇ ਇੱਕ ਊਸ਼ਾ ਰਾਣੀ ਇਹਨਾਂ ਦੀ ਸੱਸ ਸੀ। ਤਿੰਨਾਂ ਨੂੰ ਗ੍ਰਿਫਤਾਰ ਕਰਕੇ ਅੱਜ ਪੇਸ਼ ਅਦਾਲਤ ਕੀਤਾ। ਰਿਮਾਂਡ ਦੀ ਤੋਂ ਕੁਝ ਕੋਈ ਪ੍ਰੂਫ? ਪਰਿਵਾਰ ਗ੍ਰਿਫਤਾਰ ਕੀਤਾ ਪੁਲਿਸ ਨੇ, ਇਹਨਾਂ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਸਾਡਾ ਕੋਈ ਇਸ ਦੇ ਕਸੂਰ ਨਹੀਂ ਹੈ, 5-6 ਮਹੀਨੇ ਤੋਂ ਜਿਹੜੀ ਲੜਕੀ ਹੈ ਇਹ ਆਪਣੇ ਪੇਕੇ ਪਰਿਵਾਰ ਕੋਲ ਰਹਿ ਰਹੀ ਸੀ, ਔਰ ਉੱਥੋਂ ਸਾਡੇ 'ਤੇ ਪਹਿਲੇ ਹੀ ਮਾਮਲਾ ਦਰਜ, ਸਾਨੂੰ ਡਰਾਉਂਦੀ ਧਮਕਾਉਂਦੀ ਸੀ, ਇਹ ਵੀ ਇਹਨਾਂ ਨੇ ਦੱਸਿਆ। ਹੁਣ ਸਾਰਾ ਮਾਮਲਾ ਅਦਾਲਤ ਦੇ ਵਿੱਚ ਪਹੁੰਚ ਗਿਆ, ਅਦਾਲਤ ਨੇ ਸਾਰੀ ਜਾਂਚ ਕਰਨੀ ਹੈ ਕਿਹਦਾ ਕਿਹਦਾ ਕਿੰਨੀ ਸਾਰੀ ਜਾਂਚ ਦਾ ਵਿਸ਼ਾ ਹੈ, ਔਰ ਪੁਲਿਸ ਨੇ ਫਿਲਹਾਲ 3 ਕਥਿਤ ਜਿਹੜੇ ਇਹਨਾਂ 'ਤੇ ਆਰੋਪ ਲਾਏ ਗਏ ਅਤੇ ਕਥਿਤ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।